ਦੀਪ ਸਿੱਧੂ ਪਾਵੇਂ ਇਸ ਜਹਾਨ ਤੋਂ ਚਲਾ ਗਿਆ ਏ ਪਰ ਉਸ ਦੀਆਂ ਯਾਦਾਂ ਲੋਕਾਂ ਦੇ ਦਿਲਾਂ ਦੇ ਵਿੱਚ ਡੂੰਘੀਆਂ ਵਸ ਗਈਆਂ ਨੇ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਦੀਪ ਸਿੱਧੂ ਬਾਰੇ ਕਮਾਲ ਦਾ ਲਿਖਿਆ ਲਿਖਦੇ ਨੇ ਕਿ ਦੀਪ ਸਿੱਧੂ ਸਾਢੇ ਕੋ ਤਿੰਨ ਸਾਲ ਅਤੇ ਨਿੱਕਾ ਡੇਢ ਸਾਲ ਦਾ ਸੀ ਮਾਂ ਮੁੱਕ ਗਈ ਰਿਸ਼ਤੇਦਾਰੀ ਜ਼ੋਰ ਪਾ ਬਾਪ ਵਿਆਹ ਦਿੱਤਾ ਚੰਗੀ ਕਿਸਮਤ ਨਮੀ ਆਈ ਨੇ ਸੱਕੀਆਂ ਜਿੰਨਾ ਮੋਹ ਦਿੱਤਾ ਵੱਡਾ ਹੋਇਆ ਤਾਂ ਪੂਨੇਲਾ ਕਾਲਜ ਦਾਖਲਾ ਲੈ ਲਿਆ ਲੋਕ ਪੁੱਛਿਆ ਕਰਨ ਵਕੀਲ ਬਣਨਾ ਹੈ ਅੱਗੋਂ ਹੱਸ ਪਿਆ ਕਰੇ ਅਖੇ ਵਕੀਲੀ ਮੇਰੀ ਮੰਜ਼ਿਲ ਨਹੀਂ ਕਿਹੜਾ ਚਾਚਾ ਮਿਲਣ ਚਲਾ ਗਿਆ ਅੱਗੋਂ ਮਹਿੰਗੇ ਇਲਾਕੇ ਵਿੱਚ ਤਿੰਨ ਕਮਰਿਆਂ ਵਾਲਾ ਘਰ ਸ਼ੱਕ ਹੋਇਆ ਨਾ ਤੇ ਘਰੋਂ ਪੈਸੇ ਮੰਗਵਾਏ ਨਾ ਕੋਈ ਹੋਰ ਸਾਧਨ ਫਿਰ ਐਡਾ ਮਹਿੰਗਾ ਸੇਲਸ ਲੱਕ ਇਦਾਂ ਕਿਧਰੇ ਗਲਤ ਕੰਮ ਵਿੱਚ ਹੀ ਨਾ ਪੈ ਗਿਆ ਹੋਵੇ ਕੋ ਕੱਢੀ ਤਾਂ ਪਤਾ ਲੱਗਿਆ ਮਾਡਲਿੰਗ ਵੀ ਕਰਦਾ ਸੀ ਰੌਲਾ ਪੈ ਗਿਆ ਹੁਣੇ ਮੁੰਡਾ ਪੱਕਾ ਮਾਡਲ ਬਣੂ ਪਰ ਅੱਗਿਓ ਹੱਸ ਪਿਆ ਅਖੇ ਮਾਡਲਿੰਗ ਮੇਰੀ ਮੰਜ਼ਿਲ ਨਹੀਂ ਅਗਲੇ ਦਿਨ ਚਾਚੇ ਨੂੰ ਕਾਲਜ ਲੈ ਗਿਆ ਪ੍ਰਿੰਸੀਪਲ ਆਖਣ ਲੱਗਾ ਇਹ ਮੁੰਡਾ ਲੰਮੀ ਕਾਠੀ ਵਾਲਾ ਤਰਾਸ਼ਿਆ ਹੋਇਆ ਹੀਰਾ ਬਾਸਕਟਬਾਲ ਵੀ ਖੇਡਦਾ ਇਸ ਨੂੰ ਆਖੋ ਇਸੇ ਕਾਲਜ ਵਿੱਚ ਰਹੇ ਫਿਰ ਵਿਚਾਰ ਆਇਆ ਕਿ ਇਹ ਪੱਕਾ ਖਿਡਾਰੀ ਬਣੂ ਅੱਗਿਓ ਫੇਰ ਹੱਸ ਪਿਆ ਅਖੇ ਖੇਡਾਂ ਵੀ ਮੇਰੀ ਮੰਜ਼ਿਲ ਨਹੀਂ ਫਿਰ ਚੁੱਪ-ਚੁਪੀ ਤੇ ਇੰਗਲੈਂਡ ਦਾਖਲਾ ਲੈ ਲਿਆ ਜਾਣਕਾਰ ਆਖਣ ਲੱਗੇ ਹੁਣ ਤਾਂ ਪੱਕਾ ਵਿਦੇਸ਼ ਵਿੱਚ ਵਸੂ ਪਰ ਇਸ ਫੇਰ ਗੱਲ ਗੋਲ-ਮੋਲ ਜਹੀ ਕਰ ਦਿੱਤੀ ਅਖੇ ਇਹ ਵੀ ਮੇਰੀ ਮੰਜ਼ਿਲ ਨਹੀਂ ਫਿਰ ਵਾਪਸ ਬੰਬਈ ਪਰਤ ਹਰੀਚ ਸਾਲਵੇ ਨਾਮ ਦੇ ਵੱਡੇ ਵਕੀਲ ਨਾਲ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਕੰਸੋ ਆਛੜ ਪਈ ਹੁਣ ਤੇ ਸੁਪਰੀਮ ਕੋਰਟ ਦੇ ਗਲਿਆਰਿਆਂ ਵਿੱਚ ਨੋਟ ਛਾਪੇਗਾ ਅੱਗੇ ਇਸ ਵਾਰ ਫਿਰ ਉਹੀ ਕਸਿਆ ਪਟਿਆ ਜਵਾਬ ਕਿ ਪੈਸੇ ਮੇਰੀ ਮੰਜ਼ਲ ਨਹੀਂ ਫਿਰ ਫਿਲਮੀ ਸੀਰੀਲਾਂ ਵਾਲੀ ਇੱਕ ਤਕ ਕਪੂਰ ਦੇ ਰਾਹੀਂ ਸਾਨੇਵਾਲ ਵਾਲਿਆਂ ਦੇ ਸੰਪਰਕ ਚ ਆਇਆ ਉਹਨਾਂ ਤੀਜਾ ਪੁੱਤ ਬਣਾ ਲਿਆ ਆਖਣ ਲੱਗੇ ਸਾਡੇ ਪੁੱਤ ਨੇ ਪੰਜਾਬੋਂ ਚੋਣ ਲੜਨੀ ਹੈ ਇਸ ਦਾ ਖਿਆਲ ਰੱਖੀ ਇਹ ਭੋਲਾ ਪੰਛੀ ਅੱਗੇੋਂ ਝਟ ਮੰਨ ਗਿਆ ਫਿਰ ਦਿੱਲੀੋਂ ਆਏ ਵੱਡੇ ਰਾਜਸੀ ਲੋਕਾਂ ਨਾਲ ਮੀਟਿੰਗ ਹੋਈ ਕੋਈ ਆਖਣ ਲੱਗਾ ਇਹ ਪੱਕਾ ਰਾਜਨੀਤੀ ਵਿੱਚ ਜਾਊ ਅੱਗੇ ਉਹ ਮੰਜ਼ਿਲ ਵਾਲੀ ਉਹੀ ਗੱਲ ਹੱਸ ਪਿਆ ਮੀਟਿੰਗ ਵਿੱਚ ਕਿਸੇ ਨੇ ਤੀਰ ਵਾਲੇ ਬਾਬੇ ਬਾਰੇ ਕੁਝ ਮਾਰ ਆਖ ਦਿੱਤਾ ਉਸ ਨਾਲ ਹੱਥੋ ਪਾਈ ਹੋ ਗਿਆ ਅਗਲਿਆਂ ਨੇ ਅੰਦਰ ਲਾ ਕਰੰਟ ਭਾਂਪ ਲਿਆ ਫਿਰ ਵੇਲੇ ਕੁਵੇਲੇ ਵਰਤਣ ਲਈ ਕੁਝ ਫੋਟੋਆਂ ਵੀ ਖਿੱਚ ਲਈਆਂ ਫਿਰ ਸਿੰਘੂ ਟਿੱਕਰੀ ਅਤੇ ਹੋਰ ਵੀ ਕਿੰਨਾ ਕੁਝ ਟੱਪਦੇ ਹੋਏ ਨੂੰ ਆਪਣੀ ਮੰਜ਼ਿਲ ਥੋੜੀ ਸਾਫ਼-ਸਾਫ਼ ਦਿਸਣ ਲੱਗ ਪਈ ਮਗਰੋਂ 26 ਜਨਵਰੀ ਵਾਲੇ ਇਤਿਹਾਸ ਪਿੱਛੋਂ ਪੁਲਿਸ ਗੱਡੀ ਵਿੱਚ ਤਿਹਾਰ ਜਾਂਦਿਆਂ ਨਾਲ ਤੁਰੇ ਜਾਂਦੇ 100 ਚੈਨਲਾਂ ਵਾਲਿਆਂ ਵਿੱਚੋਂ ਇੱਕ ਦੀ ਗੱਡੀ ਕਿਸੇ ਸਕੂਟਰ ਵਾਲੇ ਵਿੱਚ ਜ਼ਬਤ ਜੀ। ਹਮਾਤਰ ਨੂੰ ਕੁੱਟੀ ਜਾਣ ਤੇ ਨਾਲੇ ਆਖੀ ਜਾਣ। ਤੈਨੂੰ ਨਹੀਂ ਪਤਾ ਕਿ ਕਿੱਡੇ ਵੱਡੇ ਅੱਤਵਾਦੀ ਨੂੰ ਕਵਰ ਕਰ ਰਹੇ ਆਂ। ਤੇਰੀ ਹਿੰਮਤ ਕਿੱਦਾਂ ਹੋਈ ਸਾਡੇ ਅੱਗੇ ਆਉਣ ਦੀ? ਮੰਜ਼ਿਲ ਵਾਲੇ ਸ਼ੀਸ਼ੇ ਤੇ ਜਮੇ ਬਾਕੀ ਦੀ ਧੂੜ ਵੀ ਲਹਿ ਗਈ। ਹੁਣ ਸਭ ਕੁਝ ਸਾਫ਼-ਸਾਫ਼ ਦਿਸਣ ਲੱਗ ਪਿਆ। ਪਰ ਕਿੰਨੇ ਸਾਰੇ ਆਪਣੇ ਡਰ ਗਏ। 40 ਸਾਲ ਦਾ ਤਜਰਬਾ ਵੀ ਬੁਰੀ ਤਰ੍ਹਾਂ ਸਹਿਮ ਗਿਆ। ਇਹ ਕੌਣ ਆ ਗਿਆ? ਬਣੀ ਬਣਾਈ ਖੀਰਖਾਨ। ਫਿਰ ਬੰਬਈ ਖਿੱਚੀਆਂ ਫੋਟੋਆਂ ਕੰਮ ਆਈਆਂ ਹਮਾਤੜ ਨੂੰ ਸਪਸ਼ਟੀ ਕਰਨਾ ਅਤੇ ਸੁਫਾਂਿਆਂ ਦੇ ਵਿੱਚ ਉਲਝਾ ਦਿੱਤਾ ਫਿਰ ਇੱਕ ਬੁੱਢੇ ਸ਼ੇਰ ਨਾਲ ਮਿਲਾਪ ਹੋਇਆ ਠੀਕ ਉਂਝ ਜਿੱਦਾਂ 40 ਸਾਲ ਪਹਿਲਾਂ ਜਰਨਲ ਸ਼ਵੇਕ ਸਿੰਘ ਤੇ ਤੀਰ ਵਾਲੇ ਬਾਬੇ ਦਾ ਹੋਇਆ ਸੀ ਇਸ ਵਾਰ ਇਹ ਬੁੱਢਾ ਸ਼ੇਰ ਖੁਸ਼ ਹੋ ਗਿਆ ਚਲੋ ਕੋਈ ਤਾਂ ਮਿਲਿਆ ਮੇਰੀ ਵਿਰਾਸਤ ਸੰਭਾਲਣ ਵਾਲਾ ਪਰ ਬੜੀ ਥੋੜ ਚਿਰ ਹੀ ਸਾਬਤ ਹੋਈ ਇਹ ਖੁਸ਼ੀ ਫਿਰ ਮੰਝੇ ਤੇ ਅਡੋਲ ਪਏ ਨੂੰ ਚੁੰਮਿਆ ਤਰੋਯਾਨੀ ਸ਼ਾਇਦ ਤੀਰ ਵਾਲੇ ਦੀ ਅੱਖੀ ਚੇਤੇ ਕਰ ਲਈ ਸੀ ਸੁੱਖ ਵੇਲੇ ਸ਼ੁਕਰਾਨਾ ਤੇ ਦੁੱਖ ਵੇਲੇ ਅਰਦਾਸ ਅੱਜ ਕਈ ਟੀਚਰ ਕਰਦੇ ਸੜਕ ਹਾਦਸੇ ਵਿੱਚ ਤੁਰ ਗਿਆ ਭਲਾ ਸ਼ਹੀਦ ਕਿੱਦਾਂ ਬਣ ਗਿਆ ਦੱਸ ਦਈਏ ਕਿ ਭਰਾਵੋ ਹਰ ਉਹ ਇਨਸਾਨ ਜਿਸ ਨੂੰ ਕੌਮੀ ਮੰਜ਼ਿਲ ਸਾਫ਼-ਸਾਫ਼ ਦਿਸਣ ਲੱਗ ਪਈ ਹੋਵੇ ਭਾਵੇਂ ਹਾਦਸੇ ਵਿੱਚ ਜਾਵੇ ਤੇ ਭਾਵੇਂ ਮੁਕਾਬਲੇ ਵਿੱਚ ਸਾਡਾ ਸਦੀਵੀ ਸ਼ਹੀਦ ਹੀ ਅਖਵਾਏਗਾ ਅਤੇ ਹਰ ਮੁਖ ਵਿੱਚੋਂ ਬਸ ਇਹੀ ਗੱਲ ਹੀ ਨਿਕਲੇਗੀ ਸ਼ਾ ਮੁਹੰਮਦਾਂ ਪੈਣਗੇ ਵੈਣ ਡੂੰਗੇ ਪੁੱਤ ਪੰਜਾਬ ਦਾ ਚਿਖਾਤੇ ਸੌਣ ਲੱਗਾ ਹਰਪ੍ਰੀਤ ਸਿੰਘ ਜਵੰਦਾ ਦੀ ਲਿਖਤ